ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ, ਖੁਸ਼ ਹੋਵੋਗੇ, ਖੁਸ਼ਹਾਲ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ। ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣ। ਲਓ ਜੀ, ਅੱਜ ਦਾ ਬਲੌਗ ਆਪਾਂ ਸਵੇਰ ਤੋਂ ਸਟਾਰਟ ਕਰਦੇ ਹਾਂ। ਇੱਥੇ ਸਵੇਰ ਦੇ ਜਿਹੜੇ ਆਪਣੇ ਕੰਮ ਧੰਦੇ ਹੁੰਦੇ ਨੇ ਉਹ ਕੀਤੇ ਨੇਗੇ ਸ਼ੁਰੂ, ਹਜੇ ਹੋਰ ਕੁਛ ਨਹੀਂ। ਸਭ ਤੋਂ ਪਹਿਲਾਂ ਮੈਨੂੰ ਥੋੜ੍ਹਾ ਜੀ ਆਹ ਜਿਹੜੀ ਆਪਾਂ ਨੇ ਪਿੱਕਾਂ ਲੱਗੀਆਂ ਹੋਈਆਂ ਨੇ ਨਾ, ਥੋੜ੍ਹੀ ਇਹਨਾਂ 'ਤੇ ਮੈਨੂੰ ਡਸਟ ਦਿਖ ਰਹੀ ਸੀ। ਕੱਪੜਾ ਲੈ ਕੇ ਬਸ ਉਹੀ ਸਾਫ਼ ਕਰਨ ਲੱਗੀ ਸੀ। ਮੈਂ ਕਿਹਾ ਚਲੋ ਥੋੜ੍ਹਾ ਜਿਹਾ ਅੱਜ ਸਾਫ਼ ਕਰ ਲਈਏ ਘਰ ਨੂੰ, ਹੈ ਨਾ। ਵੈਸੇ ਤਾਂ ਦੇਖੋ ਡੇਲੀ ਦਾ ਹੀ ਆਪਾਂ ਝਾੜੂ ਪੋਚਾ ਜਿਹੜਾ ਹੁੰਦਾ ਗਾ, ਪਰ ਜਦੋਂ ਝਾੜੂ ਲਾਉਂਦੇ ਆ ਨਾ ਉਦੋਂ ਹੀ ਉੱਡ ਉੱਡ ਕੇ ਡਸਟ ਜਿਹੜੀ ਕੰਧਾਂ 'ਤੇ ਜਾਂ ਫਿਰ ਜੋ ਪਿੱਕਾਂ ਵਗੈਰਾ ਜਾਂ ਕੁਛ ਵੀ ਲੱਗਿਆ ਹੁੰਦਾ ਹੈ ਨਾ ਤਾਂ ਲੱਗ ਜਾਂਦੀ ਹੈ। ਅਤੇ ਉਹ ਦੂਸਰੇ ਜਾਂ ਤੀਸਰੇ ਦਿਨ ਆਪਾਂ ਨੂੰ ਜਾਂ 4-5 ਦਿਨਾਂ ਬਾਅਦ ਫਿਰ ਚਮਕਣ ਲੱਗ ਜਾਂਦੀ ਹੈ ਨਾ। ਅਤੇ ਉਸ ਤੋਂ ਬਾਅਦ ਫੋਟੋਆਂ ਸੀਗੀਆਂ ਜੋ ਵੀ ਆਪਣੀਆਂ ਪਿੱਕਾਂ, ਜਾਣੀ ਕਿ ਉਹ ਆਪਾਂ ਸਾਫ਼ ਕਰਤੀਆਂ। ਅਤੇ ਉਸ ਤੋਂ ਬਾਅਦ ਬੈੱਡ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦਿੰਦੇ ਹਾਂ, ਬੈੱਡ ਸ਼ੀਟ ਆ ਜਿਹੜੀ ਉਹ ਵੀ ਚੰਗੀ ਤਰ੍ਹਾਂ ਵਿਛਾ ਦਾਂਗੇ, ਕਿਉਂਕਿ ਜਿਹੜੀ ਮੈਂ ਇਸ ਤਰ੍ਹਾਂ ਬੈੱਡ ਸ਼ੀਟ ਵਿਛਾਈ ਇਹਨੂੰ ਡੇਲੀ ਉਹ ਕਰਨ ਦੀ ਲੋੜ ਨਹੀਂ ਪੈਂਦੀ। ਹਾਂ, ਜਦੋਂ ਖਾਣਾ ਵਗੈਰਾ ਖਾਂਦੇ ਨੇ, ਕਿਉਂਕਿ ਕਲੀਅਰ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਜੀ, ਲੱਤ ਕਰਕੇ ਉਹ ਬੈੱਡ 'ਤੇ ਬੈਠ ਕੇ ਹੀ ਖਾਣਾ ਖਾਂਦੇ ਨੇ, ਤਾਂ ਉਦੋਂ ਆਪਾਂ ਕੋਈ ਕੱਪੜਾ ਵਿਛਾ ਦਿੰਦੇ ਹਾਂ ਤਾਂ ਕੋਈ ਦਾਲ ਦਾ ਛਿੱਟਾ ਵਗੈਰਾ ਮਤਲਬ ਕਿ ਨਾ ਡੁੱਲੇ, ਹੈ ਨਾ, ਬੈੱਡ 'ਤੇ। ਤਾਂ ਕਰਕੇ ਆਪਾਂ ਕੱਪੜਾ ਵਿਛਾ ਦਿੰਦੇ ਹੁੰਦੇ ਹਾਂ। ਅਤੇ ਲਓ ਜੀ, ਆਪਾਂ ਸਾਰੀ ਜਿਹੜੀ ਚੱਕਦਾ ਜੀ ਸੀਗੀ ਸਭ, ਆਪਾਂ ਆਹ ਵਾਲਾ ਰੈਕ ਸੀ ਜਿਹੜਾ ਬੁਡਨ ਰੈਕ ਆ, ਇਹ ਫਿਰ ਕਮੈਂਟ ਆਊਗਾ, ਇਹ ਮੀਸ਼ੋ ਤੋਂ ਮੰਗਵਾਇਆ ਹੋਇਆ ਜੀ। ਅਤੇ ਆਪਾਂ ਜਿਹੜੀ ਸਫਾਈ ਆ ਇਸ ਰੂਮ ਦੀ ਹੋ ਗਈ ਹੈਗੀ, ਅਤੇ ਜੋ ਵੀ ਚੀਜ਼ਾਂ ਸੀ ਆਹ ਵਾਲੀ ਰੈਕ 'ਤੇ ਰੱਖੀਆਂ ਹੋਈਆਂ ਅਤੇ ਆਪਾਂ ਚੰਗੀ ਤਰ੍ਹਾਂ ਕਰ ਦਿੱਤੀਆਂ ਨੇ ਸਾਫ਼। ਥੋੜ੍ਹੀ ਥੋੜ੍ਹੀ ਮਤਲਬ ਡੇਲੀ ਆਪਾਂ ਸਫਾਈ ਕਰੀ ਜਾਈਏ ਤਾਂ ਫਿਰ ਉਹ ਜਿਹੜਾ ਇਕੱਠਾ ਕਰਨਾ ਕੰਮ ਔਖਾ ਹੋ ਜਾਂਦਾ। ਇਸ ਤਰ੍ਹਾਂ ਡੇਲੀ ਕਰਦੇ ਹਾਂ ਸਫਾਈ, ਘਰ ਵੀ ਨਹੀਂ ਗੰਦਾ ਹੁੰਦਾ, ਘਰ ਵੀ ਸਾਫ਼ ਸੁਥਰਾ ਰਹਿੰਦਾ ਅਤੇ ਆਪਾਂ ਆਪ ਵੀ ਥੋੜ੍ਹੇ ਜਿਹੇ ਸੌਖੇ ਹੋ ਜਾਂਦੇ, ਹੈ ਨਾ। ਲਓ ਜੀ, ਉਸ ਤੋਂ ਬਾਅਦ ਇੱਧਰ ਲੱਗੀ ਸੀਗੀ ਮੈਂ ਕਰਟਨ ਇਕੱਠੇ ਕਰਨ, ਕਿਉਂਕਿ ਅੰਦਰ ਚਾਨਣ ਪੈਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਚੀਜ਼ਾਂ ਨੂੰ, ਜਾਣੀ ਕਿ ਜੋ ਵੀ ਆਪਣੇ ਚਾਹੇ ਰੂਮ ਨੇ ਉਹਨਾਂ ਦੇ ਵਿੱਚ ਵੀ। ਅੱਗੇ ਆਪਾਂ ਵਿੰਡੋਆਂ ਰੱਖਦੇ ਸੀਗੇ ਵੀ ਗੇਟ ਵਿੰਡੋ ਖੋਲ੍ਹਾਂਗੇ ਜਾਂ ਗੇਟ, ਹੈ ਨਾ, ਤਾਂ ਕਮਰੇ ਨੂੰ ਹਵਾ ਪੈਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਰੌਸ਼ਨੀ ਮਤਲਬ ਪੈਣੀ ਜਿਹੜੀ ਜ਼ਰੂਰੀ ਹੈ, ਚਾਹੇ ਹਵਾ ਨਾ ਹੀ ਆਵੇ ਪਰ ਅੰਦਰ ਤੱਕ ਰੌਸ਼ਨੀ ਪੈਣੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਜੋ ਵੀ ਫਿਰ ਸਲਾਬ ਵਗੈਰਾ ਹੁੰਦੀ ਹੈ ਤਾਂ ਚੱਕੀ ਜਾਂਦੀ ਹੈ ਨਾ, ਤਾਂ ਕਰਕੇ ਆਪਾਂ ਕਰਟਨ ਸਾਈਡ 'ਤੇ ਕਰਤੇ ਜੀ। ਉਸ ਤੋਂ ਬਾਅਦ ਲੱਗ ਗਈ ਸੀਗੀ ਮੈਂ ਇੱਥੇ ਝਾੜੂ ਲਾਉਣ, ਅੰਦਰ ਝਾੜੂ ਲਾ ਲਿਆ ਸੀਗਾ, ਬਾਹਰ ਲੱਗ ਗਈ ਸੀਗੀ ਮੈਂ ਝਾੜੂ ਲਾਉਣ। ਅਤੇ ਨਾਲ ਨਾਲ ਜਿਹੜੇ 2-3 ਰੂਮ ਰਹਿੰਦੇ ਨੇ ਇਹਨਾਂ ਨੂੰ ਵੀ ਝਾੜੂ ਲਾ ਲਉਂ। ਟੋਟਲ 4.5 ਰੂਮ ਨੇ, ਬਰਾਂਡਾ ਆ ਗਿਆ, ਕਿਚਨ, ਅਤੇ ਬਾਹਰ ਤੁਹਾਨੂੰ ਪਤਾ ਹੀ ਜੀ ਗੱਡੀਆਂ ਵਾਸਤੇ ਸੈੱਡ ਵਗੈਰਾ ਪਾਏ ਹੋਏ ਨੇ, ਹੈ ਨਾ। ਅਤੇ ਇੰਨਾ ਕਿ ਆਪਣਾ ਘਰ ਵੈਸੇ ਕਾਫੀ ਖੁੱਲ੍ਹਾ ਹੀ ਆ। ਅਤੇ ਉਸ ਤੋਂ ਬਾਅਦ ਕੰਮ ਧੰਦੇ ਕਰਨ ਤੋਂ ਬਾਅਦ ਇੱਥੇ ਸਾਰੇ ਕੰਮ ਕਰ ਲਏ ਸੀ, ਘਰ ਦੇ ਝਾੜੂ ਪੋਚਾ ਕੱਪੜਿਆਂ ਤੋਂ ਲੈ ਕੇ ਸਾਰੇ ਕੰਮ ਹੋ ਗਏ ਸੀਗੇ। ਜਲਦੀ ਕਰ ਦਿੰਦੀ ਹਾਂ ਹੁਣ ਮੈਂ ਕੰਮ ਖਤਮ। ਅਤੇ ਉਸ ਤੋਂ ਬਾਅਦ ਇੱਥੇ ਬੇਟੇ ਦੀ ਫਰਮਾਇਸ਼ ਸੀ। ਵੈਸੇ ਤਾਂ ਮੈਂ ਪਹਿਲਾਂ ਕਲੀਅਰ ਸਾਹਿਬ ਲਈ ਟਿਫਿਨ ਪੈਕ ਕੀਤਾ ਸੀਗਾ, ਉਹ ਗਏ ਸੀ ਪਹਿਲਾਂ ਘਰ ਦੇ ਵਿੱਚ, ਘਰ ਮਤਲਬ ਕਿ ਖਾ ਕੇ ਨਹੀਂ ਗਏ ਸੀ ਕੁਛ ਵੀ। ਫਿਰ ਉਹਨਾਂ ਦਾ ਫੋਨ ਆਇਆ, ਉਹ ਕਹਿੰਦੇ ਟਿਫਨ ਦੇ ਵਿੱਚ ਮੈਨੂੰ ਦੇ ਕੇ ਜਾਓ ਖਾਣਾ। ਫਿਰ ਮੈਂ ਜਲਦੀ ਜਲਦੀ ਸਿੰਪਲ ਪਰੌਂਠੇ ਬਣਾਤੇ ਸੀਗੇ ਅਤੇ ਨਾਲ ਲੱਸੀ ਵਗੈਰਾ ਦੇਤੀ ਸੀਗੀ। ਅਤੇ ਫਿਰ ਮੈਂ ਆਪਣੇ ਲਈ ਅਸੀਂ ਨੇ, ਮੈਂ ਅਤੇ ਪਿੰਦਰੀ ਸੀਗੇ, ਵੀ ਆਲੂਆਂ ਵਾਲੇ ਪਰੌਂਠੇ ਬਣਾ ਲੈਂਦੇ ਹਾਂ। ਅਤੇ ਬਸ ਆਲੂ ਉਬਾਲ ਕੇ ਰੱਖੇ ਹੋਏ ਸੀ ਸਵੇਰ ਤੋਂ ਹੀ, ਬਸ ਆਲੂ ਮੈਸ਼ ਕੀਤੇ ਨੇ, ਇਹਦੇ ਵਿੱਚ ਥੋੜ੍ਹੀ ਜਿਹੀ ਹਰੀ ਮਿਰਚ ਕੱਟ ਕੇ ਪਾਈ ਆ, ਨਮਕ ਅਤੇ ਥੋੜ੍ਹੀ ਜਿਹੀ ਰੈੱਡ ਮਿਰਚ, ਬਸ ਇਹੀ ਚੀਜ਼ਾਂ ਸੀ। ਹੋਰ ਪਿਆਜ਼ ਵਗੈਰਾ ਜਾਂ ਕਸੂਰੀ ਮੇਥੀ ਹੋ ਗਈ ਜਾਂ ਇੱਦਾਂ ਦਾ ਕੁਛ ਵੀ ਨਹੀਂ ਪਾਇਆ ਸੀਗਾ, ਸਿੰਪਲ ਬਣਾ ਰਹੀ ਸੀ। ਪਰ ਇਹ ਆਲੂ ਨਾ ਬਿਲਕੁਲ ਮਿੱਠੇ ਜਿਹੇ ਆਲੂ ਹੁੰਦੇ ਨੇ ਨਾ, ਜਿਹੜੇ ਉਹ ਆਲੂ ਸੀਗੇ ਪਰੌਂਠੇ ਨੇ, ਜ਼ਿਆਦਾ ਟੇਸਟੀ ਨਹੀਂ ਬਣੇ ਹੈਗੇ। ਪਹਿਲਾਂ ਮੈਂ ਕਿਸੇ ਹੋਰ ਭਾਈ ਤੋਂ ਲੈਣ, ਜਾਂ ਦੇਖੋ ਕਈ ਵਾਰ ਸਟੋਰਾਂ ਦੇ ਵਿੱਚ ਹੈ ਨਾ ਚੇਂਜ ਹੁੰਦੀਆਂ ਹੀ ਨੇ ਚੀਜ਼ਾਂ, ਅਲੱਗ ਅਲੱਗ ਸਟੋਰਾਂ ਦੇ ਵਿੱਚੋਂ ਆਉਂਦੀਆਂ ਨੇ, ਕਿਹੜਾ ਇੱਕ ਜਗ੍ਹਾ ਤੋਂ ਆਉਂਦੀਆਂ ਨੇ, ਹੈ ਨਾ ਚੀਜ਼ਾਂ।
ਪਤਾ ਨਹੀਂ ਆਲੂ ਥੋੜ੍ਹੇ ਜਿਹੇ ਮਿੱਠੇ ਸੀ ਜਦੋਂ ਮੈਸ਼ ਕਰ ਰਹੀ ਸੀ। ਆਲੂ ਥੋੜ੍ਹੇ ਜਿਹੇ ਆਪਾਂ ਨੂੰ ਹੁੰਦਾ ਵੀ ਨਮਕ ਮਿਰਚ ਆਪਾਂ ਦੇਖਦੇ ਹੁੰਦੇ ਹਾਂ, ਟੇਸਟ ਕਰਦੇ ਹੁੰਦੇ ਹਾਂ ਵੀ ਕਿੰਨਾ ਕੁ ਜ਼ਿਆਦਾ ਅੰਦਾਜ਼ੇ ਦੇ ਨਾਲ ਹੀ ਪਾ ਲੈਂਦੇ ਹਾਂ ਵੀ ਹੋਰ ਲੋੜ ਆ, ਹੈ ਨਾ, ਕਈ ਵਾਰ ਚੈੱਕ ਕਰ ਲੈਂਦੇ। ਤਾਂ ਮੈਨੂੰ ਮਿੱਠੇ ਜਿਹੇ ਲੱਗੇ, ਇੱਕ ਦੋ ਪਰੌਂਠੇ ਮੇਰੇ ਤੋਂ ਅੱਜ ਫਟੇ ਵੀ ਨੇ, ਪਤਾ ਨਹੀਂ ਮੇਰੀ ਕਾਹਲੀ ਕਰਕੇ ਫਟੇ ਨੇ ਜਾਂ ਕੁਛ ਵੀ ਕਹਿ ਲਓ, ਹੈ ਨਾ। ਅਤੇ ਲਓ ਜੀ, ਉਸ ਤੋਂ ਬਾਅਦ ਬਸ ਆਪਾਂ ਪਰਾਂਠੇ ਬਣਾ ਲਾਂਗੇ। ਇੱਥੇ ਪਿੰਦਰ ਨੇ ਸ਼ਾਇਦ ਖਾ ਵੀ ਲਏ ਸੀਗੇ, ਮੈਂ ਆਪਣੇ ਲਈ ਬਣਾ ਰਹੀ ਸੀ। ਮੈਂ ਸਿਰਫ ਦੋ ਹੀ ਖਾਧੇ ਨੇ ਅੱਜ, ਜਾਂ ਕਿ ਮਤਲਬ ਕਿ ਹਲਕੇ ਹੀ ਬਣਾਏ ਸੀ, ਕੋਈ ਜ਼ਿਆਦਾ ਮੋਟੇ ਨਹੀਂ ਬਣਾਏ, ਮਤਲਬ ਪਤਲੇ ਹੀ ਬਣਾਏ ਸੀਗੇ। ਦੋ ਪਰੌਂਠੇ ਹੀ ਮੈਂ ਖਾਧੇ ਨੇਗੇ, ਜ਼ਿਆਦਾ ਨਹੀਂ ਖਾਧੇ, ਕਿਉਂਕਿ ਜੇ ਟੇਸਟੀ ਚੀਜ਼ ਲੱਗੇ, ਪਰ ਮਿੱਠੇ ਮਿੱਠੇ ਜਿਹੇ ਸੀ ਵੈਸੇ, ਬਹੁਤ ਟੇਸਟੀ ਸੀ, ਐਂ ਨਹੀਂ ਵੀ ਟੇਸਟ ਨਹੀਂ ਸੀ ਵਧੀਆ। ਪਰ ਕੋਈ ਵੀ ਚੀਜ਼ ਜਦੋਂ ਕਰਾਰੀ ਹੁੰਦੀ, ਉਹ ਥੋੜ੍ਹੀ ਮਿੱਠੀ ਟਾਈਪ ਦੀ ਬਣੇ ਤਾਂ ਉਹਦਾ ਫਿਰ ਟੇਸਟ ਥੋੜ੍ਹਾ ਜਿਹਾ ਅਲੱਗ ਹੀ ਆਉਂਦਾ, ਹੈ ਨਾ। ਇਸ ਕਰਕੇ ਚਲੋ ਜੀ, ਇੱਥੇ ਆਪਣੇ ਲਈ ਬਣਾ ਰਹੀ ਸੀ। ਵੈਸੇ ਮੈਂ ਬਣਾ ਲਏ ਸੀਗੇ ਤਿੰਨ ਪਰੌਂਠੇ, ਇੱਕ ਐਕਸ ਵੱਧ ਬਣਾ ਲਿਆ ਸੀ, ਕਿਉਂਕਿ ਮੈਨੂੰ ਪਤਾ ਸੀ ਵੀ ਮੈਨੂੰ ਨਾ ਟੇਸਟ ਜਿਹੜਾ ਨਹੀਂ ਵਧੀਆ ਲੱਗਣਾ, ਮੈਨੂੰ ਕਰਾਰੇ ਹੀ ਵਧੀਆ ਲੱਗਦੇ ਨੇ। ਥੋੜ੍ਹੇ ਮਿੱਠੇ ਆਲੂ ਸੀ ਪਰ ਮੈਨੂੰ ਨਹੀਂ ਵਧੀਆ ਲੱਗੇ, ਹੈ ਨਾ। ਅਤੇ ਮੈਂ ਆਪਣੇ ਲਈ ਫਿਰ ਦੋ ਹੀ ਖਾਣੇ ਸੀ, ਮੈਂ ਤਿੰਨ ਬਣਾ ਲਏ ਸੀ। ਮੈਂ ਕਿਹਾ ਬੱਚਿਆਂ ਨੂੰ ਜਿਹੜੀ ਛੋਟੀ ਭੁੱਖ ਜਿਵੇਂ ਕਿ ਲੱਗਦੀ ਰਹਿੰਦੀ ਹੈ, ਹੈ ਨਾ, ਤੁਹਾਨੂੰ ਪਤਾ ਹੀ ਹੈ ਸਾਰੇ, ਹੈ ਨਾ, ਭੈਣਾਂ ਨੂੰ ਬੱਚੇ ਕੁਝ ਨਾ ਕੁਝ ਥੋੜ੍ਹੀ ਦੇਰ ਬਾਅਦ ਮੰਗਦੇ ਨੇ, ਤਾਂ ਕਰਕੇ ਇੱਕ ਪਰੌਂਠਾ ਐਕਸਟਰਾ ਲਾਤਾ ਸੀ। ਮੈਂ ਕਿਹਾ ਪਿੰਦਰ ਦਾ ਪਤਾ ਵੀ ਕਦ ਮੰਗ ਲਿਓ ਉਹ ਖਾਣ ਨੂੰ, ਵੀ ਇਹਨੂੰ ਭੁੱਖ ਲੱਗੀ ਆ, ਬੱਚੇ ਇੱਦਾਂ ਹੀ ਕਰਦੇ ਨੇ ਜੀ। ਚਲੋ ਜੀ, ਬਸ ਇਹ ਲਾਸਟ ਪਰੌਂਠਾ ਹੀ ਹੈਗਾ ਸ਼ਾਇਦ, ਹਾਂਜੀ ਸ਼ਾਇਦ ਲਾਸਟ ਹੀ ਹੈਗਾ ਇਹ। ਅਤੇ ਬਾਕੀ ਦੇਖੋ ਵੀਡੀਓ ਕੱਲ੍ਹ ਦਾ ਬਣਿਆ ਹੋਇਆ, ਅੱਜ ਵਾਈਸ ਓਵਰ ਕਰ ਰਹੀ ਹਾਂ, ਕਈ ਵਾਰ ਨਹੀਂ ਵੀ ਧਿਆਨ ਦੇ ਵਿੱਚ ਰਹਿੰਦਾ, ਕਿਉਂਕਿ ਮੈਨੂੰ ਇਹ ਹੋ ਜਾਂਦਾ ਵੀ ਜਿਵੇਂ ਮੈਂ ਹੁਣ ਇੱਕ ਪਰੌਂਠਾ ਮੇਰਾ ਜਾਂ ਮੇਰੀ ਇੱਕ ਰੋਟੀ ਰਹਿ ਗਈ ਤਾਂ ਵੇਲੀ ਹੋਈ ਆ, ਤਾਂ ਉਸ ਤੋਂ ਬਾਅਦ ਜਿਵੇਂ ਪ੍ਰਾਂਤ ਨੂੰ ਭਿਉਣਾ ਹੋ ਗਿਆ, ਚਕਲਾ ਵੇਲਣਾ ਭਿਉਣਾ ਹੋ ਗਿਆ, ਹੈ ਨਾ, ਜਾਂ ਕੋਈ ਹੋਰ ਸਲੈਬ 'ਤੇ ਚੀਜ਼ ਪਈ ਉਹਨੂੰ ਸਮੇਟਣਾ ਹੋ ਗਿਆ, ਹੈ ਨਾ, ਇਸ ਤਰ੍ਹਾਂ ਦੇ ਕੰਮ ਕਾਰ ਕਰਦੀ ਰਹਿੰਦੀ, ਨਾਲ ਨਾਲ ਮੈਂ ਰੋਟੀ ਵੀ ਥੱਲਦੀ ਹੁੰਦੀ ਹੈਗੀ, ਜਾਂ ਪਰੌਂਠਾ ਜਿਵੇਂ ਕਹਿ ਲਓ ਤੁਸੀਂ ਥੱਲ ਦਿੰਦੀ ਆ। ਦੇਖੋ ਇੱਥੇ ਫਟ ਰਿਹਾ ਸੀਗਾ, ਮਤਲਬ ਟੁੱਟ ਰਿਹਾ ਸੀਗਾ, ਫਟ ਵੀ ਨਹੀਂ ਰਿਹਾ ਸੀ, ਟੁੱਟ ਗਿਆ ਸੀ ਥੋੜ੍ਹਾ ਜਿਹਾ। ਅਤੇ ਸ਼ਾਇਦ ਇਹ ਇੱਕ ਪਰੌਂਠਾ ਇਸ ਤੋਂ ਬਾਅਦ ਹੋਰ ਮੇਰੇ ਖਿਆਲ ਦੇ ਵਿੱਚ ਰਹਿੰਦਾ ਸੀ, ਪਤਾ ਨਹੀਂ, ਹਾਂ ਇੱਕ ਹੋਰ ਰਹਿੰਦਾ ਸੀ। ਉਸ ਤੋਂ ਬਾਅਦ ਦੇਖੋ ਇੱਧਰ ਜਿਵੇਂ ਕਿ ਪ੍ਰਾਂਤ ਵਗੈਰਾ ਭਿਉਣਾ ਹੋ ਗਿਆ, ਉਹ ਕੰਮ ਮੈਂ ਕਰਦੀ ਰਹਿੰਦੀ ਹਾਂ, ਹੈ ਨਾ। ਅਤੇ ਆਪਣੇ ਲਈ ਨਾਲ ਨਾਲ ਪਲੇਟ ਵੀ ਲਾ ਰਹੀ ਸੀਗੀ, ਦਹੀਂ ਵਗੈਰਾ ਨਹੀਂ ਲਿਆ ਸੀ ਜੀ, ਕਿਉਂਕਿ ਪਰਸੋਂ ਦਹੀਂ ਲਿਆ ਸੀ ਅਸੀਂ ਨੇ, ਅਤੇ ਮੈਨੂੰ ਵੀ ਥੋੜ੍ਹੀ ਸਵੈਲਿੰਗ ਜੀ ਹੋਈ ਆ ਮੇਰੀਆਂ, ਮਤਲਬ ਕਿ ਖੱਟੇ ਨਾਲ ਜਿਵੇਂ ਕਿ ਦਹੀਂ ਹੈ, ਦਹੀਂ ਦੇ ਨਾਲ ਮੇਰੇ ਫੇਸ ਨੂੰ ਸਵੈਲਿੰਗ ਆ ਜਾਂਦੀ, ਕੋਈ ਸ਼ਾਇਦ ਐਲਰਜੀ ਵਗੈਰਾ ਗੀ। ਅਤੇ ਕਲੇਅਰ ਸਾਹਿਬ ਨੂੰ ਵੀ ਠੀਕ ਨਹੀਂ ਲੱਗਿਆ, ਉਹਨਾਂ ਨੂੰ ਵੀ ਮੂਮੀਟਿੰਗ ਹੋਈ ਆ, ਕਿਉਂਕਿ ਸ਼ਾਮ ਦੇ ਟਾਈਮ ਜਿਹੜਾ ਦਹੀਂ ਖਾਧਾ ਸੀ ਤਾਂ ਕਰਕੇ ਹੋ ਗਏ ਸੀ ਉਹਨਾਂ ਨੂੰ ਤਾਂ, ਹੈ ਨਾ। ਅਤੇ ਮੈਨੂੰ ਸਵੈਲਿੰਗ ਜੀ ਹੋਈ ਸਵੇਰ ਨੂੰ, ਮੇਰੀਆਂ ਕਾਫੀ ਜ਼ਿਆਦਾ ਅੱਖਾਂ ਹੋਈਆਂ ਪਈਆਂ ਸੀ, ਹੈ ਨਾ, ਸਵੈਲਿੰਗ ਆਈ ਪਈ ਸੀਗੀ। ਅਤੇ ਆ ਪਤਾ ਲੱਗਦਾ ਫਿਰ, ਮੈਂ ਕਿਹਾ ਵੀ ਦਹੀਂ ਕਰਕੇ ਹੋਇਆ ਹੋਊਗਾ, ਬਾਕੀ ਕਲੇਅਰ ਸਾਹਿਬ ਨੂੰ ਵੀ ਫਿਰ ਨਹੀਂ ਪਚੀ ਹੈਗੀ, ਹੈ ਨਾ, ਉਹਨਾਂ ਨੂੰ ਵੀ ਮੂਵਿਟਿੰਗ ਹੋਈ ਹੈਗੀ ਤਾਂ ਜਾ ਕੇ ਕਿਤੇ ਉਹ ਪੈ ਰਾਤ ਨੂੰ, ਹੈ ਨਾ, ਉਸ ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਔਖੇ ਹੋਏ, ਹੈ ਨਾ, ਤਾਂ ਕਰਕੇ ਫਿਰ ਮੈਂ ਨਹੀਂ ਦਹੀਂ ਲਾਇਆ। ਹੁਣ ਕਾਫੀ ਦਿਨਾਂ ਤੋਂ ਮੈਂ ਦਹੀਂ ਲਾ ਵੀ ਨਹੀਂ ਰਹੀ, ਹੈ ਨਾ। ਖਾਣੀ ਹੁੰਦੀ ਆ ਤਾਂ ਆਪਾਂ ਇੱਕ ਵੇਰਕਾ ਦਾ ਕੱਪ ਲੈ ਆਉਂਦੇ ਹਾਂ, ਆਪਾਂ ਨੂੰ ਸਰ ਜਾਂਦਾ ਵੱਡੇ ਕੱਪ ਦੇ ਨਾਲ, ਹੈ ਨਾ। ਅਤੇ ਲਓ ਜੀ, ਫਾਈਨਲੀ ਇੱਥੇ ਪਰੌਂਠੇ ਜਿਹੜੇ ਬਣ ਚੁੱਕੇ ਨੇ। ਪਰੌਂਠਿਆਂ ਨਾਲ ਨਾ ਕੰਮ ਬਹੁਤ ਜ਼ਿਆਦਾ ਵੱਧ ਜਾਂਦਾ ਗਾ, ਜਦੋਂ ਆਪਾਂ ਪਰੌਂਠੇ ਬਣਾਉਂਦੇ ਹਾਂ ਬਹੁਤ ਜ਼ਿਆਦਾ ਕੰਮ ਵੱਧ ਜਾਂਦਾ। ਪਰ ਇਹ ਲਾਸਟ ਵਾਲਾ ਪਰੌਂਠਾ ਸੀ ਜਿਹੜਾ, ਉਹ ਬਹੁਤ ਵਧੀਆ ਬਣ ਗਿਆ ਸੀਗਾ। ਅਤੇ ਇੱਧਰ ਕੱਪੜੇ ਕੁੱਪੜੇ ਦੇਖੋ ਦਿਖਾ ਰਹੀ ਸੀ ਤੁਹਾਨੂੰ, ਮੌਸਮ ਅੱਜ ਠੀਕ ਸੀ, ਅੱਜ ਨਹੀਂ ਮੀਂਹ ਪਿਆ, ਅੱਜ ਮੌਸਮ ਠੀਕ ਸੀਗਾ। ਚਲੋ ਜੀ, ਚੱਲਦੇ ਅੰਦਰ ਬੈਠ ਕੇ ਆਪਾਂ, ਪਹਿਲਾਂ ਤਾਂ ਹੁਣ ਪਰੌਂਠੇ ਹੀ ਖਾਊਂਗੀ ਮੈਂ, ਜਿਹੜੇ ਦੋ ਖਾਣੇ ਨੇ, ਉਸ ਤੋਂ ਬਾਅਦ ਫਿਰ ਦੇਖਦੇ ਹਾਂ ਵੀ ਕੀ ਕੰਮ ਕਾਰ ਕਰਦੇ ਹਾਂ। ਵੈਸੇ ਘਰ ਦੇ ਕੰਮ ਨੇ ਜਿਹੜੇ ਇਸ ਟਾਈਮ ਸਾਰੇ ਹੋ ਗਏ ਨੇਗੇ ਖਤਮ, ਕੋਈ ਕੰਮ ਨਹੀਂ ਬਚਿਆ, ਬਸ ਖਾਣੇ ਪੀਣੇ ਵਾਲੇ ਜਿਹੜੇ ਆਪਣੇ ਪਰੌਂਠੇ ਖਾ ਕੇ ਬਰਤਨ ਹੋਣਗੇ ਮੇਰੇ ਅਤੇ ਪਿੰਦਰ ਦੇ, ਜਾਂ ਪ੍ਰਾਂਤ ਵਗੈਰਾ, ਜਾਂ ਕਿਚਨ ਦੀ ਥੋੜ੍ਹੀ ਬਹੁਤੀ ਸਲੈਬ ਸਾਫ਼ ਕਰਨੀ ਆ, ਹੈ ਨਾ, ਬਸ ਇਹੀ ਕੰਮ ਨੇ, ਹੋਰ ਕੰਮ ਇੱਥੇ ਸਾਰੇ ਓਕੇ ਨੇ ਜੀ, ਕਰੇ ਹੋਏ ਨੇ ਮੇਰੇ ਕੰਮ, ਹੈ ਨਾ।
ਬਾਕੀ ਬਸ ਬਰਤਨ ਵਗੈਰਾ ਸਾਫ਼ ਕਰਕੇ ਉਸ ਤੋਂ ਬਾਅਦ ਥੋੜ੍ਹੀ ਦੇਰ ਹੁਣ ਮੈਂ ਰੈਸਟ ਕਰ ਲੈਂਦੀ ਹੈਗੀ, ਕਿਉਂਕਿ ਆਪ ਨੂੰ ਵੀ ਥੋੜ੍ਹੀ ਥਕਾਵਟ ਜੀ ਮਹਿਸੂਸ ਹੁੰਦੀ ਹੈਗੀ, ਅਤੇ ਬਾਕੀ ਤਾਂ ਚਲੋ ਮੈਡੀਸਨ ਵਗੈਰਾ ਚੱਲ ਰਹੀ ਹੈਗੀ, ਅਤੇ ਦੇਖਦੇ ਹਾਂਗੇ ਅੱਗੇ ਕੀ ਫਰਕ ਪੈਂਦਾ ਹੈ ਨਾ। ਅਤੇ ਕਿਉਂਕਿ ਪਤਾ ਨਹੀਂ ਮੌਸਮ ਵੀ ਦੇਖੋ ਚੇਂਜ ਹੁੰਦਾ ਹੈਗਾ ਜਦੋਂ, ਹੈ ਨਾ, ਉਦੋਂ ਵੀ ਥੋੜ੍ਹੀ ਬਹੁਤੀ ਤਕਲੀਫ ਆਉਂਦੀ ਹੈਗੀ ਮੌਸਮ ਚੇਂਜ ਹੋਣ। ਵੈਸੇ ਤਾਂ ਦੇਖੋ ਜਿਹੜਾ ਇਹ ਵਾਲਾ ਮੌਸਮ ਹੁੰਦਾ ਇਹ ਤਾਂ ਬਹੁਤ ਵਧੀਆ ਹੁੰਦਾ, ਕਿਉਂਕਿ ਤਿਉਹਾਰ ਸ਼ੁਰੂ ਹੋ ਜਾਂਦੇ ਨੇ ਤੀਆਂ ਤੋਂ ਹੀ ਸ਼ਾਇਦ, ਵੈਸੇ ਤਾਂ ਦੇਖੋ ਤੀਆਂ ਤੋਂ ਹੀ ਤਿਉਹਾਰ ਨੇ ਜਿਹੜੇ ਸ਼ੁਰੂ ਹੋ ਜਾਂਦੇ ਨੇ, ਪਰ ਜਿਹੜੇ ਇਹ ਮੌਸਮ ਹੁੰਦਾ ਨਾ ਇਹ ਅੱਸੂ ਦੇ ਮਹੀਨੇ ਵਾਲਾ ਮੌਸਮ, ਯਾਨੀ ਕਿ ਸਤੰਬਰ ਵਾਲਾ, ਹੈ ਨਾ, ਮਹੀਨੇ ਵਾਲਾ ਬਹੁਤ ਵਧੀਆ ਮੌਸਮ ਹੁੰਦਾ ਇਹਦੀ, ਮਤਲਬ ਛਾਂ ਵੀ ਇੰਨੀ ਵਧੀਆ ਲੱਗਦੀ ਹੈ ਅਤੇ ਇਹਦੀ ਧੁੱਪ ਵੀ ਵਧੀਆ ਲੱਗਦੀ ਆ। ਇਹ ਤਿਉਹਾਰਾਂ ਵਾਲੇ ਦਿਨ ਨੇ ਹੁੰਦੇ ਨੇ, ਇੱਕ ਸੰਘਣੀ ਜਿਹੀ ਸਾਹ ਪੈਂਦੀ ਹੁੰਦੀ ਆ, ਅਲੱਗ ਹੀ ਫੀਲ ਹੁੰਦਾ ਨਾ, ਬਹੁਤ ਜ਼ਿਆਦਾ ਮਤਲਬ ਖੁਸ਼ੀ ਵਾਲਾ ਜਿਹੜਾ ਮਹੀਨਾ ਜਿਹਾ ਹੁੰਦਾ ਇਹ, ਵਧੀਆ ਫੀਲ ਹੁੰਦਾ, ਮਤਲਬ ਸਕੂਨ ਭਰਿਆ ਜਿਹਾ ਹੁੰਦਾ ਇਹ ਮਹੀਨਾ ਜਿਹੜਾ, ਹੈ ਨਾ। ਫੱਗਣ ਦੇ ਵਿੱਚ ਜਾ ਕੇ ਤਾਂ ਦੇਖੋ ਥੋੜ੍ਹੀ ਜਿਹੀ ਗਰਮੀ ਡੋਬਾ ਜਿਹਾ ਪੈਣ ਲੱਗ ਜਾਂਦਾ, ਹੈ ਨਾ, ਪਰ ਇਹ ਜਿਹੜਾ ਅੱਸੂ ਦਾ ਮਹੀਨਾ ਜਾਣੀ ਕਿ ਸਤੰਬਰ ਦਾ ਹੁੰਦਾ ਇਹ ਬਹੁਤ ਵਧੀਆ ਹੁੰਦਾ, ਹੈ ਨਾ ਮਹੀਨਾ। ਲਓ ਜੀ, ਉਸ ਤੋਂ ਬਾਅਦ ਤੁਹਾਨੂੰ ਸਿੱਧਾ ਮਿਲ ਰਹੀ ਹੈ ਮੈਂ ਦੁਪਹਿਰ ਦੇ ਟਾਈਮ। ਇੱਥੇ ਦੁਪਹਿਰ ਟਾਈਮ ਦੇਖੋ ਧੁੱਪ, ਵੈਸੇ ਤੁਹਾਨੂੰ ਇਹੀ ਦਿਖਾ ਰਹੀ ਸੀ ਮੈਂ, ਕਿਹਾ ਵੀ ਦੇਖੋ ਜਿਹੜੀ ਇਹ ਧੁੱਪ ਹੁੰਦੀ ਹੈ ਨਾ ਅੱਸੂ ਵਾਲੀ, ਇੱਥੇ ਸ਼ਾਇਦ 5-6 ਅੱਸੂ ਹੋ ਗਿਆ, ਅਤੇ ਬਹੁਤ ਵਧੀਆ ਧੁੱਪ ਹੁੰਦੀ ਹੈ, ਅਤੇ ਸ਼ਾਮ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਸਾਹ ਵੀ ਦੇਖਦੀ ਆ, ਹੈ ਨਾ, ਸੰਘਣੀ ਸੰਘਣੀ ਜੀ ਸਾਹ, ਬਹੁਤ ਮਤਲਬ ਘੈਂਟ ਮੌਸਮ ਹੁੰਦਾ, ਮਤਲਬ ਵਧੀਆ ਦਿਨ ਹੁੰਦੇ ਨੇ ਇਹ, ਹੈ ਨਾ, ਮਤਲਬ ਮਨ ਲੱਗਦਾ ਜੇ ਕਿਸੇ ਕੰਮ ਨੂੰ ਨਹੀਂ ਵੀ ਦਿਲ ਕਰਦਾ ਤਾਂ ਵੀ ਤੁਹਾਡਾ ਦਿਲ ਕਰੂਗਾ ਵੀ ਆਹ ਕੰਮ ਕਰਾਂ ਮੈਂ। ਇਸ ਤਰ੍ਹਾਂ ਦਾ ਮੌਸਮ ਹੁੰਦਾ, ਮੈਨੂੰ ਬਹੁਤ ਵਧੀਆ ਲੱਗਦਾ ਇਹ ਮਹੀਨਾ ਜਿਹੜਾ, ਅਤੇ ਕੰਮ ਨੂੰ ਬਹੁਤ ਜ਼ਿਆਦਾ ਮਨ ਕਰਦਾ, ਪਰ ਹੁਣ ਥੋੜ੍ਹਾ ਜਿਹਾ ਬਾਰਿਸ਼ ਕਰਕੇ ਹੀ ਹੈਗਾ ਵੀ ਆਪਾਂ ਕੋਈ ਨਹੀਂ ਹਜੇ ਕੰਮ ਕਰ ਸਕਦੇ, ਕਿਉਂਕਿ ਬਾਰਿਸ਼ ਦਾ ਕੁਛ ਪਤਾ ਨਹੀਂ ਜੀ। 2 ਦਿਨ ਠੀਕ ਆ, 4-5 ਦਿਨ ਮਤਲਬ ਨਹੀਂ ਪਈ ਤਾਂ 2 ਦਿਨ ਲਗਾਤਾਰ ਪੈ ਰਹੀ ਹੈ ਜਾਂ 1 ਦਿਨ ਲਗਾਤਾਰ ਪੈ ਰਿਹਾ, ਹੈ ਨਾ, ਮੀਂਹ ਇਸ ਤਰ੍ਹਾਂ ਹੋ ਰਿਹਾ ਹੈਗਾ, ਤਾਂ ਕਰਕੇ ਹਜੇ ਕੋਈ ਵੀ ਆਪਾਂ ਸਫਾਈ ਹੈ ਜਿਹੜਾ ਜਾਂ ਪੇਂਟ ਵਗੈਰਾ ਪੋਟਸ ਨੂੰ ਕਰਨਾ, ਹੈ ਨਾ, ਗਮਲਿਆਂ ਨੂੰ, ਅਤੇ ਹਜੇ ਨਹੀਂ ਸ਼ੁਰੂ ਕੀਤਾ, ਮੰਗਵਾਇਆ ਵੀ ਨਹੀਂ ਜੀ ਹਜੇ, ਕਿਉਂਕਿ ਮੌਸਮ ਕਰਕੇ ਵੀ ਫਿਰ ਪੇਂਟ ਵਗੈਰਾ ਤੁਹਾਨੂੰ ਪਤਾ ਹੀ ਹੈ ਬਾਰਿਸ਼ ਦੇ ਵਿੱਚ ਖਰਾਬ ਹੋ ਜਾਂਦਾ, ਹੈ ਨਾ, ਤਾਂ ਕਰਕੇ ਹਜੇ ਆਪਾਂ ਕੋਈ ਵੀ ਕੰਮ ਆ ਜਿਹੜਾ ਨਹੀਂ ਸ਼ੁਰੂ ਕਰਿਆ। ਅਤੇ ਚਲੋ ਜੀ, ਹੁਣ ਅੰਦਰ ਬੈਠ ਕੇ ਕੱਪੜਿਆਂ ਦੀ ਤੈਅ ਵਗੈਰਾ ਕਰੂੰਗੀ, ਅਤੇ ਮੇਰੇ ਅਤੇ ਪਿੰਦਰ ਨੇ ਤੁਸੀਂ ਸੁਣਿਓ ਗੱਲਾਂ, ਅਸੀਂ ਮਾਂ ਪੁੱਤ ਨੇ ਜਿਵੇਂ ਕਿ ਅਸੀਂ ਰੀਅਲ ਲਾਈਫ ਦੇ ਵਿੱਚ ਆਂਗੇ। ਚਲੋ ਵੀਡੀਓ ਦੇ ਵਿੱਚ ਤਾਂ ਥੋੜ੍ਹਾ ਜਿਹਾ ਮੈਨੂੰ ਇਹ ਹੋ ਜਾਂਦਾ ਸੀ ਵੀ ਨਾ ਮੈਂ, ਹੈ ਨਾ, ਇੱਦਾਂ ਮਤਲਬ ਆਪਣੀ ਰੀਅਲ ਜਿਹੜੀ ਲਾਈਫ ਹੈ ਨਾ ਤੁਹਾਨੂੰ ਦਿਖਾਵਾਂ, ਵੈਸੇ ਤਾਂ ਦੇਖੋ ਰੀਅਲ ਲਾਈਫ ਹੀ ਆ ਜੋ ਆਪਾਂ ਕੰਮ ਕਾਰ ਕਰਦੇ, ਮਤਲਬ ਔਫ ਕੈਮਰਾ ਜਿਵੇਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਨਾ, ਅੱਜ ਤੁਹਾਨੂੰ ਉਹ ਸੁਣਾਉਂਗੀ, ਉਹ ਸੁਣਿਓ ਤੁਸੀਂ ਅੱਜ ਸਾਡੇ ਮਾਂ ਪੁੱਤ ਦੀਆਂ, ਹੈ ਨਾ, ਗੱਲਾਂ। ਬਸ ਇੱਦਾਂ ਹੀ ਜ਼ਿੰਦਗੀ ਹੈ ਜੀ, ਹੱਸ ਖੇਡ ਕੇ ਰਹਿੰਦੇ ਹਾਂ। ਵੈਸੇ ਤਾਂ ਦੇਖੋ ਹੈ ਵੀ 4 ਜਣੇ ਜੀ, ਕਿੰਨੇ ਕੁ ਜਣੇ, ਹੈ ਨਾ, 4 ਤਾਂ ਜੀ ਹਾਂ ਘਰ ਦੇ, ਵਧੀਆ ਸਾਡੀ ਲਾਈਫ ਹੈਗੀ। ਲੈ ਕੇ ਆਓ, ਦੋ ਨੂੰ ਇੱਕ ਰਹੋ, ਇੱਕ ਬਾਹਰ ਵਾਂਗੇ, ਚਲੋ ਤੁਸੀਂ ਤੁਸੀਂ ਬਾਹਰੋਂ ਹੈ।
ਉਹ ਟੰਬ ਦੇਣੇ ਵਿੱਚ ਹੀ ਉਹੀ ਭਾਂਡੇ ਤਾਂ ਇਕੱਠੇ ਹੋਣਗੇ ਕਰ ਦਿੰਦੇ ਆ ਦੇਖ ਲਾ ਜੀ ਤਾਂ ਤੇਰਾ ਕਰਦਾ ਹੀ ਹੋ ਗਿਆ ਨਾਲੇ ਹੱਸਦਾ ਜਾ ਦੇਖ ਲਾ ਕਰ ਦਿੰਦੇ ਦਾਦੀ ਨੇ ਮੈਨੂੰ ਸੂਟ ਲਿਆ ਕੇ ਦਿੱਤੇ ਮੈਨੂੰ ਤਾਂ ਹੁਣ ਤਾਂ ਆਪ ਸ਼ਾਪਿੰਗਾਂ ਕਰਦੀ ਨੇ ਆਪਦੇ ਵਿਆਹ ਦੀ ਆਪ ਕੱਪੜਾ ਲੈਂਦਾ ਖਰੀਦਦੇ ਮੇਰੇ ਤਾਂ ਮੈਨੂੰ ਦਾਦੀ ਨੇ ਲਿਆ ਕੇ ਦਿੱਤਾ ਸਾਰਾ ਸਮਾਨ ਹੋਰ ਮੇਰੀ ਦਾਦੀ ਲਈ ਸੀ ਮੇਰੇ ਨੰਦਾਣਾ ਸੂਟ ਪਤਾ ਕਿਹੜੇ ਕਲਰ ਦਾ ਸੀ ਪਹਿਲਾਂ ਲਿਆਈ ਸੀ ਉਹ ਲਾਲ ਉਹ ਵਿੱਚ ਆ ਗਿਆ ਜੀ ਪਤਾ ਨੀ ਕਿਵੇਂ ਜੇ ਖਰਾਬ ਥੋੜਾ ਜਿਹਾ ਪੀਸ ਸੂਟ ਫਿਰ ਮੈਨੂੰ ਪਿੰਕ ਕਲਰ ਲੈ ਕੇ ਦਿੱਤਾ ਬੇਬੀ ਪਿੰਕ ਕਲਰ ਉਹ ਆ ਮਾਂ ਤਾਰੀ ਮੰਮੀ ਨੇ ਹਟਾਇਆ ਬਾਅਦ ਦੇ ਵਿੱਚ ਹੋਰ ਅੱਡਾ ਕੱਢੇ ਤੇ ਘੁੰਡ ਬਿਠਾਉਣ ਦੇ ਪਰਾਉਣਾ ਮੇਰੀ ਨੀਂਦ ਹੁੰਦਾ ਜੀ ਵੀ ਕਿਹਾ ਜਾ ਸੁਣ ਗੋਰਾ ਤਾਂ ਕਾਲਾ ਸਾਡੇ ਵਰਗੇ ਤਾਂ ਹੁਣ ਮੌਜਾਂ ਦੇ ਵਿਆਹ ਤਾਂ ਸਾਡੇ ਵਰਗੇ ਨੇ ਟੰਗੇ ਹੀ ਅਸੀਂ ਖਰਾਬ ਆਪਦੇ ਪਿਓ ਦੀ ਮੇਹਰ ਕਰਾ ਰਿਹਾ ਮੱਛਾਦ ਕਹਿੰਦਾ ਪਛਤਾ ਰਿਹਾ ਕਿਉਂ ਪਛਤਾ ਕਿਉਂ ਰਿਹਾ ਪਛਤਾਉਂਦੀ ਹੋਣਾ ਭਾਈ ਉਹ ਤਾਂ ਪੁੱਛ ਕੇ ਦੇਖੀ ਹੱਥੇ ਹੈਂ ਕਹਿੰਦਾ ਨੀ ਪਛਤਾ ਗਈ ਲੈ ਕੇ ਰਹਿ ਕੇ ਦੇਖਾ ਮੈਂ ਫਿਰ ਕੀ ਜਵਾਬ ਦਿੰਦਾ ਲਓ ਜੀ ਇਹ ਸੀ ਸਾਡੀਆਂ ਮਾਂ ਪੁੱਤ ਦੀਆਂ ਗੱਲਾਂ ਵੈਸੇ ਤਾਂ ਦੇਖੋ ਗੱਲ ਦਾ ਜਵਾਬ ਹੀ ਦੇ ਰਿਹਾ ਸੀ ਪਿੰਦਰ ਮੈਂ ਹੀ ਜ਼ਿਆਦਾ ਬੋਲ ਰਹੀ ਸੀਗੀ ਅਤੇ ਪਰ ਹੁੰਦਾ ਹੀ ਆ ਬੱਚਿਆਂ ਨੂੰ ਹੈ ਨਾ ਕੈਮਰਾ ਜਦੋਂ ਔਨ ਹੁੰਦਾ ਤਾਂ ਥੋੜ੍ਹਾ ਜਿਹਾ ਬੱਚੇ ਵੈਸੇ ਤਾਂ ਇਹਨੂੰ ਕੋਈ ਉਹ ਨਹੀਂ ਮਸਤੀ ਕਰਦਾ ਥੋੜ੍ਹਾ ਸਨੀ ਸੰਗਦਾ ਹੈਗਾ ਪਿੰਦਰ ਬਹੁਤ ਮਸਤੀ ਕਰਦਾ ਗਾ ਇਹ ਛੇੜਦਾ ਹੀ ਰਹਿੰਦਾ ਕੋਈ ਨਾ ਕੋਈ ਗੱਲ ਤੋਂ ਮੈਨੂੰ ਛੇੜਦਾ ਰਹਿੰਦਾ ਕਦੇ ਕੁਛ ਕੁ ਜਾਂ ਮੇਰੀ ਨਕਲ ਵਗੈਰਾ ਇੱਦਾਂ ਇਹਨੂੰ ਆਦਤ ਆ ਜੀ ਇਹ ਇਸ ਤਰ੍ਹਾਂ ਦਾ ਹੀ ਹੈਗਾ ਹੈ ਨਾ ਅਤੇ ਬਾਕੀ ਬਸ ਇੱਥੇ ਤੱਕ ਹੀ ਸੀਗਾ ਅੱਜ ਦਾ ਜਿਹੜਾ ਬਲੌਗ ਆ ਕੱਪੜੇ ਤੈਅ ਕਰਕੇ ਅਲਮਾਰੀਆਂ ਦੇ ਵਿੱਚ ਸੈੱਟ ਕਰਕੇ ਰੱਖੂੰਗੀ ਉਸ ਤੋਂ ਬਾਅਦ ਫਿਰ ਖਾਣੇ ਦਾ ਟਾਈਮ ਹੋਜੂ ਵੀਡੀਓ ਦੀ ਐਡੀਟਿੰਗ ਸਾਰਾ ਦਿਨ ਇਸ ਤਰ੍ਹਾਂ ਹੀ ਚੱਲਿਆ ਜਾਂਦਾ ਹੈ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਇੱਦਾਂ ਹੀ ਲੰਘ ਜਾਂਦਾ ਗਾ ਅਤੇ ਚਲੋ ਜੀ ਕੰਮਾਂ ਕਾਰਾਂ 'ਚ ਬਿਜ਼ੀ ਰਹੀ ਆਪਾਂ ਹਾਂ ਹੋਰ ਕੀ ਚਾਹੀਦਾ ਗਾ ਦੇਖੋ ਫ੍ਰੀ ਰਹਾਂਗੇ ਟੈਨਸ਼ਨਾਂ ਦਾ ਘਰ ਆ ਹੈ ਨਾ ਦਿਮਾਗ ਆ ਜਿਹੜਾ ਫ੍ਰੀ ਰਹਿ ਕੇ ਬਹੁਤ ਕੁਛ ਆਪਾਂ ਸੋਚਦੇ ਹਾਂ ਚਲੋ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਅਤੇ ਲਾਈਕ ਜ਼ਰੂਰ ਜ਼ਰੂਰ ਕਰਕੇ ਜਾਣਾ ਅਤੇ ਨਿਊ ਸਬਸਕ੍ਰਾਈਬ ਕਰ ਲਿਓ ਬਾਏ ਬਾਏ।